ਅੱਲਾ ਪਾਕ ਫਰਮਾਉਂਦੇ ਨੇ ਮਹਬੂਬਾ ਇਹ ਸਾਡੀਆਂ ਕਰਮ ਨਵਾਜ਼ੀਆਂ, ਅਸਾਂ ਤੈਨੂੰ ਨਰਮ ਗੋ ਬਣਾਇਆ ਹੈ, ਜਿਹੜਾ ਆ ਜਾਂਦਾ ਹੈ ਮੁੜ ਕੇ ਜਾਣ ਜੋਗਾ ਨਹੀਂ ਰਹਿੰਦਾ। ਮੇਰੇ ਆਕਾ ਹਜ਼ਰਤ ਜਦੋਂ ਮੱਕੇ ਅੰਦਰ ਦਾਖਲ ਹੋਏ ਨੇ, ਅੱਜ ਦੇ ਦਿਨ ਤੂੰ ਲੈ ਕੇ 19 ਦਿਨ ਮੱਕੇ ਰਹੇ, ਬੋਲੋ ਕਿੰਨੇ ਦਿਨ, 19 ਦਿਨ ਮੇਰੇ ਪਾਕ ਪੈਗੰਬਰ ਮੱਕੇ ਰਹੇ ਨੇ। ਸੁਣਿਆ ਜੇ ਜ਼ਰਾ ਧਿਆਨ ਨਾਲ, ਇੱਕ ਦਿਨ ਸਫਾ ਮਰਵਾ ਪਹਾੜੀ ਤੇ ਮੇਰੇ ਪਾਕ ਪੈਗੰਬਰ ਸਫਾ ਤੇ ਬੈਠੇ ਨੇ। ਸੁਣੋ ਜ਼ਰਾ ਧਿਆਨ ਨਾਲ, ਹਜ਼ਰਤ ਉਮਰ ਇਬਨੇ ਖਤਾਬ ਰਜ਼ੀ ਅੱਲਾਹੁ ਤਾਲਾ ਨੂੰ ਲੋਕ ਆ ਰਹੇ ਨੇ, ਹਜ਼ਰਤ ਦੜਾ ਦੜ ਦਾਰਾ ਇਸਲਾਮ ਅੰਦਰ ਦਾਖਲ ਹੋ ਰਹੇ। ਇੱਥੇ ਚੰਦ ਬੀਬੀਆਂ ਆਈਆਂ, ਇਹਨਾਂ ਬੀਬੀਆਂ ਦੇ ਅੰਦਰ ਇੱਕ ਬੀਬੀ ਜਿਹਦਾ ਨਾਮ ਹਿੰਦਾ ਹੈ, ਹਜ਼ਰਤ ਇਹ ਅਬੂ ਸੁਫਿਆਨ ਦੀ ਬੀਵੀ ਹੈ, ਇਹ ਭੇਸ ਬਦਲ ਕੇ ਆਈਏ, ਇਹ ਨਬੀ ਪਾਕ ਦੇ ਕੋਲ ਇਹ ਵੀ ਆਈਏ। ਮੇਰੇ ਪਾਕ ਪੈਗੰਬਰ ਨੇ ਇਹਨੂੰ ਪਹਿਚਾਣ ਲਿਆ, ਆਕਾ ਫਰਮਾਉਂਦੇ ਨੇ ਤੂੰ ਹਿੰਦਾ ਹੈ, ਅੱਛਾ ਤੇ ਤੂੰ ਹਿੰਦਾ ਹੈ, ਜਲਦੀ ਨਾਲ ਆਉਂਦੀ ਹੈ ਮਹਬੂਬਾ, ਜੋ ਪਿਛਲੀਆਂ ਹੋ ਗਈਆਂ ਮੁਆਫ ਕਰ ਦਿਓ। ਅੱਲਾ ਦਾ ਵਾਸਤਾ, ਜੇ ਪਿਛਲੀਆਂ ਮੁਆਫ ਕਰ ਦਿਓ ਇਹਦਾ ਤੂੰ ਤੋਬਾ, ਮੁਆਫੀ ਮੰਗਣ ਆਈਆਂ। ਇਹ ਹਿੰਦਾ ਕੌਣ ਹੈ ਲੋਕੋ, ਗੱਲ ਸੁਣਿਆ ਜੇ, ਜਿਹਨੇ ਇਨਾਮਾਤ ਦੇ ਲਾਲਚ ਦੇ ਕੇ ਨਬੀ ਪਾਕ ਦੇ ਚਾਚਾ ਮੀਰੇ ਹਮਜ਼ਾ ਨੂੰ ਕਤਲ ਕਰਵਾਇਆ। ਇਹ ਹਿੰਦਾ ਆਂਦੀ ਸੀ, ਜਿਹੜਾ ਨਬੀ ਪਾਕ ਦੇ ਸੱਕੇ ਚਾਚਾ ਅਮੀਰ ਹਮਜ਼ਾ ਨੂੰ ਕਤਲ ਕਰੇਗਾ, ਮੈਂ ਉਹਨੂੰ ਇਨਾਮਾਤ ਦੇਵਾਂਗੀ, ਸੋਨੇ ਚਾਂਦੀ ਜ਼ੇਵਰਾਤ ਨਾਲ ਲੱਦ ਦੇਵਾਂਗੀ। ਤੇ ਵਾਸ਼ੀ ਬਿਨ ਹਰਬ ਜਦੋਂ ਮੱਕਾ ਫਤਹ ਹੋਇਆ, ਇਹ ਵੀ ਲੁਕਦਾ ਫਿਰਦਾ, ਆਮੀਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕੋਲ ਵਾਸ਼ੀ ਆਇਆ, ਇਹਨੇ ਚਿਹਰਾ ਲੁਕਾਇਆ ਹੋਇਆ। ਹਜ਼ਰਤ ਮੇਰੇ ਪਾਕ ਪੈਗੰਬਰ ਨੂੰ ਆ ਕੇ ਆਂਦਾ, ਸੋਹਣਿਆ ਮੇਰੇ ਵਾਸਤੇ ਕੀ ਲਾਣੇ? ਮੇਰੇ ਆਕਾ ਫਰਮਾਉਂਦੇ ਨੇ ਕੌਣ ਹੈ ਤੂੰ, ਕਿਵੇਂ ਆਇਆ? ਆਂਦਾ, ਸੋਹਣਿਆ ਮੁਆਫੀ ਮੰਗਣ ਆਇਆ, ਮੈਂ ਤੁਹਾਡੇ ਚਾਚਾ ਅਮੀਰੇ ਹਮਜ਼ਾ ਦਾ ਕਾਤਿਲ ਵਾਸ਼ੀ ਹਾਂ, ਵਾਸ਼ੀ ਬਿਨ ਹਰਬ। ਮੇਰੇ ਆਕਾ ਫਰਮਾਉਂਦੇ ਨੇ ਓਏ ਵਾਸ਼ੀ ਕਿਵੇਂ ਆਇਆ? ਆਂਦਾ ਜੀ ਮੁਆਫੀਆਂ ਮੰਗਣ ਆਇਆ। ਤੇ ਮੇਰੇ ਆਕਾ ਫਰਮਾਉਂਦੇ ਨੇ ਦੱਸ ਮੈਨੂੰ ਕਿਵੇਂ ਮੇਰੇ ਚਾਚਾ ਨੂੰ ਤੂੰ ਸ਼ਹੀਦ ਕੀਤਾ, ਕਿਵੇਂ ਕਤਲ ਕੀਤਾ? ਇਹ ਹੁਣ ਮੇਰੇ ਆਕਾ ਨੂੰ ਗੱਲ ਸੁਣਾਉਂਦਾ, ਆਕਾ ਫਰਮਾਉਂਦੇ ਨੇ ਦੁਬਾਰਾ ਸੁਣਾ, ਇਹ ਫਿਰ ਸੁਣਾਉਂਦਾ। ਨਬੀ ਪਾਕ ਰੋਈ ਜਾਂਦੇ ਨੇ, ਸਹਾਬਾ ਆਉਂਦੇ ਨੇ, ਆਕਾ ਇਤਨੇ ਰੋਏ, ਰੋ ਰੋ ਕੇ ਨਬੀ ਪਾਕ ਦੀ ਦਾੜੀ ਹਿੰਜੂਆਂ ਨਾਲ ਤਰ ਹੋ ਗਈ। ਵਾਸੀ ਆਂਦਾ, ਸੁਣਿਓ ਮੈਂ ਹਿੰਦਾ ਨੇ ਦੀਗਰ ਬੀਬੀਆਂ ਦੀਗਰ ਮੱਕੇ ਵਾਲਿਆਂ ਨੇ ਇਨਾਮਾਤ ਦੇ ਲਾਲਚ ਅੰਦਰ ਐਲਾਨ ਕੀਤਾ, ਮੈਂ ਇਨਾਮਾਤ ਦੇ ਲਾਲਚ ਅੰਦਰ ਆਪਣਾ ਨੇਜ਼ਾ ਤੇਜ਼ ਕਰਕੇ ਜੰਗੇ ਉਹਦ ਅੰਦਰ ਪਹੁੰਚ ਗਿਆ, ਮੈਂ ਵੇਨਾ ਪਿਆ ਵਾਂ। ਮੇਰੇ ਆਕਾ ਫਰਮਾਉਂਦੇ ਨੇ ਤੂੰ ਕਿਵੇਂ ਸ਼ਹੀਦ ਕੀਤਾ ਮੇਰੇ ਚਾਚਾ ਨੂੰ ਦੱਸ। ਹਜ਼ਰਤ ਇੱਧਰ ਵੇਖਿਆ ਜੇ, ਇਹ ਆਂਦਾ, ਸੋਹਣਿਓ ਮੈਂ ਇੱਕ ਪੱਥਰ ਦੀ ਓਟ ਅੰਦਰ ਲੁੱਕ ਕੇ ਬਹਿ ਗਿਆ, ਮੈਂ ਵੇਨਾ ਵਾਂ ਅਮੀਰ ਹਮਜ਼ਾ ਜਦੋਂ ਮੇਰੀ ਰੇਂਜ ਅੰਦਰ ਆਏਗਾ ਰਜ਼ੀ ਅੱਲਾਹੁ ਤਾਲਾ ਨੂੰ ਮੈਂ ਹਮਲਾ ਕਰ ਦਿਆਂਗਾ। ਮੈਂ ਨੇਜ਼ੇ ਨੂੰ ਜ਼ਹਿਰ ਦੀ ਪਾਨ ਲਾਈਏ, ਹਰਬਾ ਸੁੱਟਣ ਦਾ ਬੜਾ ਮਾਹਰ ਹਾਂ, ਮੈਂ ਆਪਣਾ ਨੇਜ਼ਾ ਲੈ ਕੇ ਪੱਥਰ ਦੀ ਓਟ ਅੰਦਰ ਬੈਠਾ ਹੋਇਆ। ਤੇ ਨਬੀ ਪਾਕ ਨੂੰ ਆਂਦਾ, ਸੋਹਣਿਓ ਚਾਚਾ ਅਮੀਰੇ ਹਮਜ਼ਾ ਰਜ਼ੀ ਅੱਲਾਹੁ ਤਾਲਾ ਨੂੰ ਇਹ ਲੜਦਾ ਲੜਦਾ ਦੋਨਾਂ ਹੱਥਾਂ ਅੰਦਰ ਤਲਵਾਰਾਂ ਫੜੀਆਂ ਨੇ, ਅਮੀਰ ਹਮਜ਼ਾ ਦੇ ਸਾਹਮਣੇ ਦੁਸ਼ਮਣਾਂ ਦੀਆਂ ਗਰਦਨਾਂ ਐਂ ਜੋ ਉੱਡਦੀਆਂ ਪਈਆਂ ਨੇ ਜਿਵੇਂ ਤੂਫਾਨ ਤੇ ਆਉਂਦੀ ਆਏ। ਹਜ਼ਰਤ ਜੰਗਲ ਅੰਦਰ ਦਰਖਤਾਂ ਦੇ ਪੱਤੇ ਡਿੱਗਦੇ ਨੇ, ਵਾਸ਼ੀ ਆਉਂਦਾ, ਮੈਂ ਅੰਦਾਜ਼ਾ ਲਾਇਆ ਇਸ ਕਾਇਨਾਤ ਅੰਦਰ ਮਾਣੇ ਸਾ ਪੁੱਤ ਨਹੀਂ ਉਹ ਜੰਮਿਆ ਜਿਹੜਾ ਅਮੀਰੇ ਹਮਜ਼ਾ ਦਾ ਮੁਕਾਬਲਾ ਕਰੇ, ਮੇਰੇ ਕੋਲ ਨਹੀਂ ਉਹ ਮੁਕਾਬਲਾ ਕੀਤਾ ਜਾਣਾ। ਅਮੀਰ ਹਮਜ਼ਾ ਲੜਦਿਆਂ ਲੜਦਿਆਂ ਕਰੀਬ ਆਏ, ਮੂੰਹ ਧਿਆਨ ਉਹ ਲੜਦੇ ਪਏ ਸਨ, ਮੈਂ ਚੋਰੀ ਛੱਪੇ ਨੇਜ਼ੇ ਦਾ ਵਾਰ ਕੀਤਾ, ਨੇਜ਼ਾ ਦੂਰੋਂ ਸੁੱਟਿਆ, ਇਤਨਾ ਜ਼ਬਰਦਸਤ ਹਰਬਾ ਜ਼ੇਰੇ ਨਾਫ ਲੱਗਾ, ਆਂਤਰੀਆਂ ਤੇ ਪੇਟ ਕੱਟ ਕੇ ਨੇਜ਼ਾ ਪਾਰ ਚਲਾ ਜਾਂਦਾ। ਆਂਦਾ, ਸੋਹਣਿਓ ਅਮੀਰ ਹਮਜ਼ਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ, ਮੈਂ ਇੰਤਜ਼ਾਰ ਕਰਦਾ ਰਿਹਾ, ਰੂਹ ਨਿਕਲੀ, ਫਿਰ ਮੈਂ ਨੇਜ਼ਾ ਕੱਢ ਕੇ ਸਾਈਡ ਤੇ ਹੋ ਗਿਆ, ਇਹਦੇ ਇਲਾਵਾ ਮੈਂ ਕੁਝ ਨਹੀਂ ਹੋ ਕੀਤਾ। ਆਮੀਨਾ ਦੇ ਲਾਲ ਜਨਾਬੇ ਮੁਹੰਮਦ
ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਫਿਰ ਮੇਰੇ ਚਾਚਾ ਦੇ ਟੁਕੜੇ ਕਿਨੇ ਕੀਤੇ ਨੇ? ਵਾਸ਼ੀ ਆਂਦਾ ਸੋਹਣਿਓ ਜਦੋਂ ਅਮੀਰ ਹਮਜ਼ਾ ਲੜਖੜਾ ਕੇ ਜ਼ਮੀਨ ਤੇ ਗਿਰੇ ਮੇਰੀ ਤਰਫ ਗੁੱਸੇ ਨਾਲ ਵੇਖ ਕੇ ਇੱਕ ਕਦਮ ਚੁੱਕਿਆ, ਜ਼ਖਮ ਗਹਿਰਾ, ਗਿਰ ਗਏ। ਕੁਰੈਸ਼ੀਆਂ ਨੂੰ ਪਤਾ ਲੱਗਾ, ਆਵਾਜ਼ਾਂ ਮਾਰ ਕੇ ਆਂਦੇ ਨੇ, ਓਏ ਮੱਕੇ ਵਾਲਿਓ, ਨਬੀ ਪਾਕ ਦਾ ਬਹਾਦਰ ਚਾਚਾ ਅਮੀਰ ਹਮਜ਼ਾ ਗਿਰ ਗਿਆ, ਸ਼ਦੀਦ ਜ਼ਖਮੀ ਏ, ਆਓ ਜ਼ਰਾ ਅਮੀਰ ਹਮਜ਼ਾ ਦੇ ਟੁਕੜੇ ਕਰੀਏ। ਕੋਈ ਤਲਵਾਰ ਪਕੜਦਾ, ਕੋਈ ਨੇਜ਼ਾ ਪਕੜਦਾ, ਕੋਈ ਕੁਹਾੜੀਆਂ ਪਕੜਦਾ। ਇਹ ਮੇਰੇ ਪਾਕ ਪੈਗੰਬਰ ਦੇ ਚਾਚਾ ਅਮੀਰ ਹਮਜ਼ਾ ਦੇ ਟੁਕੜੇ ਕਰਨੇ ਸ਼ੁਰੂ ਕਰ ਦਿੰਦੇ ਨੇ। ਹੋਂਟ ਕੱਟ ਦਿੱਤੇ ਗਏ, ਦੰਦ ਤੋੜ ਦਿੱਤੇ ਗਏ, ਅਮੀਰ ਹਮਜ਼ਾ ਦਾ ਨੱਕ ਕੱਟ ਦਿੱਤਾ ਗਿਆ, ਨੇਜ਼ਿਆਂ ਦੀਆਂ ਅੰਨੀਆਂ ਮਾਰ ਕੇ ਅੱਖਾਂ ਕੱਢ ਲਈਆਂ ਗਈਆਂ, ਸਰ ਦੀ ਖੋਪੜੀ ਅਲੈਦਾ ਕਰ ਦਿੱਤੀ ਗਈ, ਹੱਥਾਂ ਪੈਰਾਂ ਦੀਆਂ ਉਂਗਲਾਂ ਕੱਟ ਦਿੱਤੀਆਂ ਗਈਆਂ, ਧਾਗੇ ਅੰਦਰ ਪਰੋ ਕੇ ਅੱਜ ਹਿੰਦਾ ਮੁਆਫੀ ਮੰਗਣ ਆਈਏ। ਇਸ ਹਿੰਦਾ ਨੇ ਅਮੀਰ ਹਮਜ਼ਾ ਦੇ ਕੱਟੇ ਅਜ਼ਾ ਆਪਣੇ ਗਲੇ ਦਾ ਹਾਰ ਬਣਾ ਲਿਆ ਏ। ਕੱਟੇ ਅਜ਼ਾ ਧਾਗੇ ਅੰਦਰ ਪਰੋ ਕੇ ਗਲੇ ਦਾ ਹਾਰ ਬਣਾਇਆ, ਅੱਜ ਇਹ ਮੁਆਫੀਆਂ ਮੰਗਣ ਨਬੀ ਪਾਕ ਕੋਲ ਆਈਏ। ਆ ਸੁਣੋ ਲੋਕੋ, ਇਹਨਾਂ ਦੇ ਜ਼ੁਲਮ ਵੇਖੋ ਤੇ ਨਬੀ ਪਾਕ ਦੇ ਕਿਰਦਾਰ ਤੇ ਵੀ ਗੌਰ ਕਰਨ। ਆਮੀਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਚਾਚਾ ਅਮੀਰ ਹਮਜ਼ਾ ਦੀ ਸਰ ਦੀ ਖੋਪੜੀ ਅਲੈਦਾ ਕਰਕੇ ਹਿੰਦਾ ਨੇ ਇਹਦੇ ਅੰਦਰ ਸ਼ਰਾਬ ਪਾ ਕੇ ਪੀ ਲਈਏ। ਕੱਟੇ ਅਜ਼ਾ ਗਲੇ ਅੰਦਰ ਪਾ ਕੇ ਪਹਾੜੀ ਦੀ ਉੱਪਰ ਚੜੀਏ, ਪਹਾੜੀ ਤੇ ਚੜ ਕੇ ਆਵਾਜ਼ਾਂ ਮਾਰੀ ਜਾਂਦੀ ਏ, ਆਂਦੀ ਮੈਂ ਆਪਣੇ ਬਾਪ ਚਾਚਾ ਤੇ ਬੇਟੇ ਦਾ ਬਦਲਾ ਲੈ ਲਿਆ ਏ। ਇਹਨੇ ਚਾਚਾ ਅਮੀਰ ਹਮਜ਼ਾ ਨਬੀ ਪਾਕ ਦੇ ਚਾਚਾ ਦਾ ਕਲੇਜਾ ਕੱਢਿਆ, ਹਿੰਦਾ ਨੇ ਆਪਣੇ ਮੂੰਹ ਨਾਲ ਦੰਦਾਂ ਨਾਲ ਚਬਾਇਆ। ਵਾਸ਼ੀ ਆਂਦਾ ਐ ਵਾਛਾਂ ਦੇ ਵਿੱਚੋਂ ਖੂਨ ਦੇ ਕਤਰੇ, ਅਮੀਰ ਹਮਜ਼ਾ ਦੇ ਖੂਨ ਦੇ ਕਤਰੇ ਜਿਗਰ ਤੇ ਕਲੇਜੇ ਵਾਲੇ ਜ਼ਮੀਨ ਤੇ ਗਿਰਦੇ ਪਏ ਨੇ। ਹਜ਼ਰਾਤ ਆਵਾਜ਼ ਆਈ, ਅਮੀਰ ਹਮਜ਼ਾ ਦੇ ਕੱਟੇ ਅਜ਼ਾ ਗਲੇ ਅੰਦਰ ਪਾਉਣ ਵਾਲੀਏ, ਇੱਕ ਵਕਤ ਆਏਗਾ ਜਾਂ ਤੇ ਇਹ ਗਰਦਨ ਉੜਾ ਦਿੱਤੀ ਜਾਏਗੀ ਜਾਂ ਹਮੇਸ਼ਾ ਲਈ ਰੱਬ ਦੇ ਸਾਹਮਣੇ ਝੁਕਾ ਦਿੱਤੀ ਜਾਏਗੀ। ਜਦੋਂ ਇਹ ਜੰਗ ਦਾ ਮੰਜ਼ਰ ਹੈ ਮੇਰੇ ਤੇਰੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਿਸੇ ਸਿਹਾਬੀ ਕਿਹਾ, ਉਹ ਦੰਦਰ ਸੋਹਣਿਓ ਤੁਹਾਡੇ ਚਾਚਾ ਅਮੀਰ ਹਮਜ਼ਾ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਮੇਰੇ ਆਕਾ ਫਰਮਾਉਂਦੇ ਨੇ ਜਾਏ ਸ਼ਹਾਦਤ ਜਿੱਥੇ ਚਾਚਾ ਦੀ ਲਾਸ਼ ਪਈ ਹੈ, ਕਿਆ ਕਿਸੇ ਵੇਖਿਆ? ਇੱਕ ਸਾਥੀ ਆਉਂਦਾ ਮੈਂ ਵੇਖਿਆ, ਆਓ ਮੈਂ ਤੁਹਾਨੂੰ ਲੈ ਚੱਲਾਂ। ਇਹ ਲੈ ਕੇ ਤੁਰ ਪੈਂਦਾ। ਮੇਰੇ ਆਕਾ ਜਦੋਂ ਚਾਚਾ ਦੀ ਲਾਸ਼ ਦੇ ਕੋਲ ਗਏ, ਕੱਟੇ ਫਟੇ ਅਜ਼ਾ, ਹਜ਼ਰਾਤ ਲਾਸ਼ ਦਾ ਕੀਮਾ ਹੋਇਆ ਜਦੋਂ ਲਾਸ਼ ਨੂੰ ਬਿਗਾੜ ਦਿੱਤਾ ਗਿਆ? ਮੇਰੇ ਆਕਾ ਨੇ ਵੇਖਿਆ, ਨਬੀ ਪਾਕ ਇਸ ਗਮ ਦੀ ਤਾਬ ਨਹੀਂ ਲਾ ਸਕੇ। ਮੇਰੇ ਆਕਾ ਜ਼ਮੀਨ ਤੇ ਬਹਿ ਗਏ, ਸੁਣਿਆ ਜੇ ਜ਼ਰਾ ਧਿਆਨ ਨਾਲ ਰੋਣ ਲੱਗ ਪਏ। ਆਕਾ ਫਰਮਾਉਂਦੇ ਨੇ ਸਿਹਾਬੀਓ, ਪਤਾ ਜੇ ਇਹ ਚਾਚਾ ਅਮੀਰ ਹਮਜ਼ਾ ਇਹਦੇ ਕਿਤਲੇ ਰਿਸ਼ਤੇ ਨੇ ਮੇਰੇ ਨਾਲ, ਕਿਤਨੇ ਰਿਸ਼ਤੇ ਸਨ ਮੇਰੇ ਨਾਲ। ਇੱਕ ਤੇ ਬਚਪਨ ਦਾ ਮੇਰਾ ਲੰਗੋਟੀਆ ਯਾਰ, ਬਚਪਨ ਦਾ ਮੇਰਾ ਸਾਥੀ, ਦੂਜਾ ਜਿਸ ਦਾਈ ਦਾ ਮੈਂ ਦੁੱਧ ਪੀਤਾ ਉਸੇ ਦਾ ਦੁੱਧ ਮੇਰੇ ਚਾਚਾ ਅਮੀਰ ਹਮਜ਼ਾ ਨੇ, ਇਹ ਮੇਰਾ ਦੁੱਧ ਦਾ ਰਜ਼ਾਈ ਭਰਾ ਲੱਗਦਾ ਸੀ। ਤੇ ਤੀਜਾ ਰਿਸ਼ਤਾ ਮੇਰੇ ਆਕਾ ਫਰਮਾਉਂਦੇ ਨੇ ਸਿਹਾਬੀਓ, ਇਹ ਮੇਰਾ ਸਿਹਾਬੀ ਸੀ। ਚੌਥਾ ਰਿਸ਼ਤਾ ਇਹ ਮੇਰਾ ਸੱਕਾ ਚਾਚਾ ਸੀ। ਤੇ ਪੰਜਵਾਂ ਰਿਸ਼ਤਾ ਅਜੇ ਮੈਂ ਪੈਦਾ ਨਹੀਂ ਹੋਇਆ, ਮੇਰੇ ਆਕਾ ਫਰਮਾਉਂਦੇ ਨੇ ਅਜੇ ਮੈਂ ਦੁਨੀਆ ਤੇ ਨਹੀਂ ਆਇਆ, ਤੇ ਮੇਰਾ ਬਾਪ ਅਬਦੁੱਲਾ ਪਹਿਲਾਂ ਹੀ ਫੌਤ ਹੋ ਗਿਆ। ਮੈਂ ਆਪਣੇ ਅੱਬੂ ਅਬਦੁੱਲਾ ਦਾ ਚਿਹਰਾ ਨਹੀਂ ਉਹ ਵੇਖਿਆ। ਅੱਜ ਜ਼ਾਲਮਾ ਮੇਰੇ ਅੱਬੂ ਜੈਸੇ ਚਾਚਾ ਅਮੀਰ ਹਮਜ਼ਾ ਨੂੰ ਸ਼ਹੀਦ ਕੀਤਾ। ਆਕਾ ਫਰਮਾਉਂਦੇ ਨੇ ਜਦੋਂ ਮੈਨੂੰ ਆਪਣੇ ਪਾਪ ਅਬਦੁੱਲਾ ਦੀ ਯਾਦ ਆਉਂਦੀ, ਮੈਂ ਆਪਣੇ ਚਾਚਾ ਅਮੀਰ ਹਮਜ਼ਾ ਨੂੰ ਵੇਖ ਕੇ ਕਲੇਜੇ ਠੰਡ ਪਾ ਲੈਂਦਾ। ਇਹ ਮੇਰੇ ਬਾਪ ਜੈਸਾ ਚਾਚਾ ਜ਼ਾਲਮਾ ਨੇ ਮੇਰੇ ਚਾਚਾ ਨੂੰ ਵੀ ਸ਼ਹੀਦ ਕਰਕੇ ਟੁਕੜੇ ਅੰਦਰ ਬਖੇਰ ਦਿੱਤਾ। ਲੋਕੋ, ਜੇ ਬਾਪ ਜ਼ਿੰਦਾ ਨੇ ਖਿਦਮਤ ਕਰੋ, ਜੇ ਬਾਪ ਕੋਈ ਨਹੀਂ
ਚਾਚਾ ਜ਼ਿੰਦਾ ਹੈ ਇਹ ਨਬੀ ਪਾਕ ਦੀ ਸੁਨਤ ਹੈ ਚਾਚੇ ਬਾਪ ਦੀ ਮੰਨਦ ਹੁੰਦੇ ਨੇ ਚਾਚਾ ਬਾਪ ਦੀ ਮਿਲਿੰਦ ਹੁੰਦਾ ਹੈ ਖੁਦਾਰਾ ਭਤੀਜਿਓ ਚਾਚਾ ਨਾਲ ਬਦਤਮੀਜ਼ੀਆਂ ਨਾ ਕਰਿਆ ਕਰੋ ਇਹ ਤਾਲੀਮ ਆਮੀਨਾ ਦੇ ਲਾਲ ਨੇ ਦਿੱਤੀ ਏ ਅਗਰਚੇ ਬਾਪ ਜ਼ਿੰਦਾ ਵੀ ਏ ਤਦ ਵੀ ਚਾਚਾ ਦਾ ਇਹਤਰਾਮ ਇੰਜ ਕੀਤਾ ਜਾਏ ਜਿਵੇਂ ਬਾਪ ਦਾ ਇਹਤਰਾਮ ਕੀਤਾ ਹੈ ਇਹ ਐਸੇ ਰਿਸ਼ਤੇ ਨੇ ਇਹ ਐਸੇ ਖੂਨੀ ਰਿਸ਼ਤੇ ਨੇ ਜਿਹਨਾਂ ਦੀਆਂ ਕਮੀਆਂ ਆਮੀਨਾ ਦੇ ਲਾਲ ਵੀ ਮਹਿਸੂਸ ਕਰਦੇ ਗਏ